ਜਿੱਥੇ ਇੱਕ ਪਾਸੇ ਪੰਜਾਬ 'ਚ ਗੈਂਗਵਾਰ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਤਾਂ ਉੱਥੇ ਦੂਜੇ ਪਾਸੇ ਅਕਾਲੀ ਦਲ ਦੀ ਲੀਡਰਸ਼ਿਪ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਕਲੀਨ ਚਿੱਟਾਂ ਦੇ ਰਹੀ ਹੈ। ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ 'ਚ ਗੈਂਗਵਾਰ ਦੀਆਂ ਘਟਨਾ ਲਈ ਬੱਚਿਆਂ ਦੇ ਮਾਂ-ਬਾਪ ਤੇ ਗੀਤਾਂ ਨੂੰ ਦੋਸ਼ੀ ਦੱਸਿਆ। ਪੰਜਾਬ ਅੰਦਰ ਗੈਂਗਸਟਰਾਂ ਦੇ ਵੱਧ ਰਹੇ ਹੌਸਲੇ ਤੇ ਲਗਾਤਾਰ ਹੋ ਰਹੀਆਂ ਗੈਂਗਵਾਰਾਂ ਦੇ ਨਾਲ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਉੱਤੇ ਉਂਗਲੀ ਚੁੱਕੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਵੱਲੋਂ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ ਕਿ ਇਹ ਸਭ ਕੁਝ ਸਿਆਸੀ ਸਰਪ੍ਰਸਤੀ ਦੇ ਹੇਠ ਹੋ ਰਿਹਾ ਹੈ। ਪਰ ਜਦੋਂ ਇਸ ਮਾਮਲੇ 'ਚ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਇਸ ਲਈ ਮਾਂ-ਬਾਪ ਤੇ ਗੀਤਾਂ ਨੂੰ ਦੋਸ਼ੀ ਦੱਸਿਆ। ਪਰ ਗੱਲਾਂ-ਗੱਲਾਂ ਵਿੱਚ ਢੀਂਡਸਾ ਨੇ ਇਹ ਵੀ ਆਖ ਦਿੱਤਾ ਕਿ ਇਸ ਲਈ ਨਸ਼ੇ ਤੇ ਬੇਰੁਜ਼ਗਾਰੀ ਵੀ ਦੋਸ਼ੀ ਹੈ। ਗੈਂਗਸਟਰਾਂ ਦੀਆਂ ਕਾਰਵਾਈਆਂ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਢੀਂਡਸਾ ਬੋਲਦੇ ਘੱਟ ਤੇ ਸੋਚਦੇ ਵੱਧ ਨਜ਼ਰ ਆਏ। ਦੇਖੋ ਇਹਦੇ ਪਿੱਛੇ ਦੇਖੋ ਕਾਰਨ ਤੱਕ ਬਹੁਤ ਨੇ, ਪਰ ਜਿਹੜਾ ਹੈ ਮੈਂ ਸਮਝਦਾ ਇੱਕ ਤਾਂ ਜਿਹੜਾ ਨੌਜਵਾਨ ਹੈ ਉਹ ਐਸਾ ਜੋ ਸੱਭਿਆਚਾਰ ਦਾ ਹੋ ਗਿਆ ਕਿ ਮਤਲਬ ਆਪਾਂ ਉਹਨਾਂ ਨੂੰ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਜੋ ਉਹ ਕਰਦੇ ਹੈ ਮਤਲਬ ਗਾਣਿਆਂ ਰਾਹੀਂ ਫਿਲਮਾਂ ਰਾਹੀਂ ਜੋ ਉਹਨਾਂ ਨੂੰ ਮਤਲਬ ਇੱਕ ਹੋਰ ਤਰ੍ਹਾਂ ਦੀ ਇਮੇਜ ਪੋਰਟਰੇ ਕੀਤੀ ਜਾਂਦੀ ਹੈ ਉਹ ਬੜੀ ਮਾੜੀ ਗੱਲ ਹੈ। ਹੋਰ ਵੀ ਦੇਖੋ ਕਈ ਕਾਰਨ ਨੇ ਜਿਹੜਾ ਸਮਾਜ ਦਾ ਮਾਂ ਬਾਪ ਦਾ ਬੱਚਿਆਂ 'ਤੇ ਕੰਟਰੋਲ ਨਾ ਰਹਿਣਾ, ਬੇਰੁਜ਼ਗਾਰੀ ਵੀ ਇੱਕ ਕਾਰਨ ਹੈ, ਨਸ਼ੇ ਵੀ ਕੁਛ ਹੱਦ ਤੱਕ ਕਾਰਨ ਹੁੰਦੇ ਨੇ।